ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀਓ, ਦਾਸ ਅੱਜ ਆਪ ਦੇ ਚਰਨਾਂ ਦੇ ਵਿੱਚ ਰਾਵਣ ਦੀ ਜੋ ਜਗਤ ਪ੍ਰਸਿੱਧ ਕਥਾ ਸੋਨੇ ਦੀ ਲੰਕਾ, ਇਹ ਸੋਨੇ ਦੀ ਲੰਕਾ ਦੀ ਇੱਕ ਝਲਕ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੀ ਕਰਦਾ ਹੈ। ਦਰਅਸਲ ਗੱਲ ਇਹ ਆ ਕਿ ਅੱਜ ਅਸੀਂ ਭਾਵੇਂ 20ਵੀਂ ਸਦੀ ਦੇ ਵਿੱਚ ਲੰਘ ਰਹੇ ਹਾਂ, ਇਹਦੇ ਵਿੱਚ ਤਰੱਕੀ ਬੜੀ ਕੀਤੀ ਆ ਵਿਗਿਆਨ ਨੇ, ਪਰ ਫਿਰ ਵੀ ਅਸੀਂ ਜਦੋਂ ਪਿਛਲੇ ਯੁੱਗਾਂ 'ਤੇ ਨਜ਼ਰ ਮਾਰਦੇ ਹਾਂ, ਜਿਵੇਂ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਜੀ ਆਏ ਆ, ਉਸ ਟਾਈਮ ਦੀ ਤਰੱਕੀ ਜਿਹੜੀ ਆ ਅੱਜ ਦੀ ਤਰੱਕੀ ਦੇ ਨਾਲੋਂ ਕਈ ਹਜ਼ਾਰ ਗੁਣਾ ਬਿਹਤਰ ਆ। ਕਿਉਂ? ਇਹਦਾ ਜਿਹੜਾ ਮੇਨ ਦ੍ਰਿਸ਼ਟਾਂਤ ਵਾ, ਇਹ ਸੋਨੇ ਦੀ ਲੰਕਾ ਦੱਸਦਾ। ਜਿਵੇਂ ਗੁਰੂ ਨਾਨਕ ਸਾਹਿਬ ਹੋਣਾ ਨੇ ਜਪਜੀ ਸਾਹਿਬ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਫਰਮਾਈ ਆ ਕਿ ਓੜਕ ਓੜਕ ਭਾਲ ਥੱਕੇ, ਕਹਿੰਦੇ ਸਭ ਤੋਂ ਵੱਧ ਅਗਰ ਤਰੱਕੀ ਕੀਤੀ ਆ ਇਸ ਬ੍ਰਹਿਮੰਡ ਦੇ ਅੰਦਰ ਉਹ ਕੀਤੀ ਆ ਦੇਵਤਿਆਂ ਨੇ। ਇੱਕ ਬ੍ਰਹਿਮੰਡ ਦੇ ਵਿੱਚ ਇੱਕ ਸੂਰਜ ਚੰਦਰਮਾ ਜਿਹੜੇ ਉਹ ਆਮ ਆ ਜਾਂਦੇ ਆ, ਲੇਕਿਨ ਇਹਦੇ ਵਿੱਚ ਵੱਧ ਤਰੱਕੀ ਦੇਵ ਲੋਕ ਨੇ ਕੀਤੀ ਆ ਜਿਹੜੇ ਉਸ ਟਾਈਮ ਦੇ ਮੁੱਖ ਵਿਗਿਆਨੀ ਮੰਨੇ ਜਾਂਦੇ ਆ। ਜਿਵੇਂ ਇਸ ਧਰਤੀ ਦੇ ਉੱਤੇ ਜਦੋਂ ਕੋਲੰਬੋ ਜਿਹੜਾ ਪੁਰਤਗਾਲ ਦਾ ਆਦਮੀ ਸੀਗਾ, ਉਹਨੇ ਦੱਸਦੇ ਵੀ ਅਮੈਰੀਕਾ ਲੱਭਿਆ ਉਹਨਾਂ ਟਾਈਮਾਂ ਦੇ ਵਿੱਚ। ਕਿਉਂ? ਦੁਨੀਆ ਨੂੰ ਪਤਾ ਨਹੀਂ ਸੀ ਹੁੰਦਾ ਵੀ ਅਮੈਰੀਕਾ ਵੀ ਕੋਈ ਮੁਲਕ ਆ। ਇਸੇ ਤਰ੍ਹਾਂ ਦੇਵਤਿਆਂ ਨੇ ਆਪਣੀ ਤਰੱਕੀਆਂ ਦੇ ਨਾਲ ਇੱਥੇ ਤਿੰਨ ਲੋਕ ਲੱਭੇ ਆ, ਆਕਾਸ਼ ਦੇ ਵਿੱਚ ਵੀ ਅਤੇ ਪਤਾਲ ਦੇ ਵਿੱਚ ਵੀ। ਆਕਾਸ਼ ਦੇ ਵਿੱਚ ਤਦੇ ਸੱਤ ਆਕਾਸ਼ ਅਤੇ ਸੱਤ ਪਤਾਲ ਦੇ ਵਿੱਚ ਇਹ ਦੇਵ ਲੋਕ ਪਹੁੰਚ ਚੁੱਕਾ ਹੈ। ਇਸੇ ਕਰਕੇ ਇਹ ਗੁਰਬਾਣੀ ਦੇ ਅੰਦਰ 14 ਲੋਕਾਂ ਦਾ ਜ਼ਿਕਰ ਮਿਲਦਾ ਹੈਗਾ। ਇਹ ਤਰੱਕੀਆਂ ਸਮੇਂ ਸਮੇਂ ਦੇ ਵਿੱਚ ਹੋਈਆਂ। ਦੇਵਤਿਆਂ ਨੇ ਆਪਣੇ ਸਮੇਂ ਦੇ ਵਿੱਚ ਸਮੁੰਦਰ ਮੰਥਨ ਕੀਤਾ, ਉਹਦੇ ਵਿੱਚ ਦੇਖੋ ਕਿੱਡਾ ਵਿਸ਼ਾਲ ਸੁਮੇਰ ਪਰਬਤ ਲਿਆ ਕੇ ਮਧਾਣਾ ਬਣਾ ਕੇ 14 ਰਤਨ ਕੱਢੇ, ਅਤੇ ਆਪ ਖੁਦ ਵਿਸ਼ਨੂੰ ਭਗਵਾਨ ਨੇ ਕੱਛ ਦਾ ਅਵਤਾਰ ਧਾਰ ਕੇ ਉਸ ਸੁਮੇਰ ਪਰਬਤ ਨੂੰ ਆਪਣੀ ਖੋਪਰੀ ਦੇ ਉੱਤੇ ਖੜਾ ਕਰ ਦਿੱਤਾ। ਇਹਦਾ ਭਾਵ ਕੀ ਹੈ ਕਿ ਅਗਰ ਸਮੁੰਦਰ ਤਲ ਹੁੰਦਾ ਤਾਂ ਫਿਰ ਵਿਸ਼ਨੂੰ ਭਗਵਾਨ ਨੂੰ ਖੁਦ ਕਛੂ ਕੰਮੇ ਦਾ ਜਿਹੜਾ ਰੂਪ ਸੀ ਉਹ ਧਾਰਨ ਦੀ ਲੋੜ ਨਹੀਂ ਸੀ ਪੈਣੀ। ਇਹ ਭਾਵ ਕੀ ਹੈ ਕਿ ਇਹ ਸਾਰੀਆਂ ਤਰੱਕੀਆਂ ਜਿਹੜੀਆਂ ਉਸ ਯੁੱਗ ਦੇ ਵਿੱਚ ਹੋਈਆਂ, ਸਮੇਂ ਸਮੇਂ ਦੇ ਵਿੱਚ ਕਿੱਦਾਂ ਦੇ ਅਸਤਰ ਬਣੇ, ਕਿੱਦਾਂ ਦੇ ਸ਼ਸਤਰ ਬਣੇ, ਕਿਵੇਂ ਜਿਹੜੇ ਸੀ ਉਹ ਉੜਨ ਕਟੋਲੇ ਜਹਾਜ਼ ਬਣੇ ਜਿਹੜੇ ਬਿਨਾਂ ਪੈਟਰੋਲ ਤੋਂ ਚੱਲਦੇ ਸੀ। ਅਸੀਂ ਜਦੋਂ ਪੁਰਾਣਾਂ ਦੀ ਸਟੱਡੀ ਕਰਦੇ ਹਾਂ, ਦੇਖਦੇ ਹਾਂ, ਉਹਨਾਂ 'ਤੇ ਥੋੜ੍ਹੀ ਝਾਤੀ ਮਾਰਦੇ ਹਾਂ, ਅਤੇ ਅੱਜ ਦੀ ਸਾਇੰਸ ਦੀ ਤਰੱਕੀ ਨੂੰ ਅਸੀਂ ਬੜਾ ਹੀ ਤੁਸ਼ ਮੰਨਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਜਿੰਨੀਆਂ ਵੀ ਤਰੱਕੀਆਂ ਹੋਈਆਂ ਉਹਨਾਂ ਦੇ ਵਿੱਚ ਕੋਈ ਹਾਨੀਕਾਰਕ ਵਿਘਨ ਨਹੀਂ ਸੀ ਪੈਂਦਾ। ਇਹ ਬੜੀਆਂ ਸਰਲ ਅਤੇ ਸਹਿਜ ਅਤੇ ਸੁੱਖ ਆਨੰਦ ਦੀਆਂ ਸੀਗੀਆਂ। ਜਿਵੇਂ ਇੱਕ ਕਥਾ ਪੁਰਾਣ ਦੇ ਵਿੱਚ ਦੱਸਿਆ ਕਿ ਇੱਕ ਦੇਵਤਾ ਜਿਹਦਾ ਨਾਂ ਹੈ ਨਾਰਦ ਮੁਨੀ, ਉਹਨੂੰ ਸਰਾਫ ਅਬ ਕਹਿੰਦੇ ਵੀ ਇੱਕ ਜਗ੍ਹਾ 'ਤੇ ਟਿੱਕੇ ਨਹੀਂ ਬਹਿੰਦਾ, ਇੱਧਰਲੀ ਗੱਲ ਉੱਧਰ ਅਤੇ ਉੱਧਰਲੀ ਇੱਧਰ ਕਰਦੇ, ਇਸੇ ਕਰਕੇ ਉਹਨੂੰ ਚੁਗਲਖੋਰ ਦਾ ਵੀ ਨਾਂ ਦਿੱਤਾ ਗਿਆ। ਉਹ ਦੱਸਦੇ ਆ ਕਿ ਇੱਕ ਵਾਰ ਉਹ ਕੈਲਾਸ਼ ਪਰਬਤ 'ਤੇ ਜਾ ਕੇ ਪਾਰਵਤੀ ਨੂੰ ਕਹਿਣ ਲੱਗਾ ਕਿ ਤੂੰ ਸਾਰੀ ਉਮਰ ਇਸ ਕੈਲਾਸ਼ ਪੱਥਰਾਂ ਵਿੱਚ ਹੀ ਕੱਢ ਦਿੱਤੀ ਆ, ਅਤੇ ਮੈਂ ਵਿਸ਼ਨੂੰ ਧਾਮ ਗਿਆ ਸੀਗਾ ਅਤੇ ਬ੍ਰਹਮਾ ਧਾਮ ਗਿਆ ਸੀਗਾ, ਉੱਥੇ ਦੀਆਂ ਜਿਹੜੀਆਂ ਪਟਰਾਣੀਆਂ ਹਨ ਉਹ ਤਾਂ ਬਹੁਤ ਹੀ ਸੁੰਦਰ ਸੇਜਾਂ ਅਤੇ ਆਨੰਦ ਮਾਣਦੀਆਂ। ਕਹਿੰਦੇ ਪਾਰਵਤੀ ਜਿਹੜੀ ਸੀ ਉਹ ਨਾਰਦ ਮੁਨੀਆਂ ਦੀਆਂ ਗੱਲਾਂ ਵਿੱਚ ਆ ਗਈ ਅਤੇ ਮਨ ਦੇ ਵਿੱਚ ਇਹ ਜਿੱਦ ਫੜ ਲਈ ਕਿ ਮੈਂ ਵੀ ਐਸਾ ਧਾਮ ਬਣਾਉਣਾ ਕਿ ਜਿਹੜਾ ਵਿਸ਼ਨਪੁਰੀ ਅਤੇ ਸ਼ਿਵਪੁਰੀ ਨੂੰ ਮਾਤ ਕਰ ਸਕੇ। ਵੀ ਦੱਸਦੇ ਆ ਜਦੋਂ ਸ਼ਿਵਜੀ ਦੀ ਸਮਾਧੀ ਖੁੱਲ੍ਹੀ ਤਾਂ ਉਹਨੇ ਆਪਣਾ ਪ੍ਰਸਤਾਵ ਰੱਖ ਦਿੱਤਾ ਅਤੇ ਸ਼ਿਵਜੀ ਨੂੰ ਕਹਿਣ ਲੱਗੇ ਕਿ ਸਾਡਾ ਜਿਹੜਾ ਕੰਮ ਹੈ ਇਸ ਕੈਲਾਸ਼ ਪਰਬਤ 'ਤੇ ਰਹਿਣਾ ਹੈ, ਕਿਉਂਕਿ ਇਹ ਹੀ ਵਿਧੀ ਦਾ ਵਿਧਾਨ ਵਾ। ਪਰ ਕਹਿੰਦੇ ਪਾਰਵਤੀ ਜਿੱਦ ਕਰ ਬੈਠੀ, ਉਹ ਕਹਿੰਦੀ ਨਹੀਂ, ਮੈਨੂੰ ਕੋਈ ਐਸਾ ਸਥਾਨ ਚਾਹੀਦਾ ਜਿਹੜਾ ਤਿੰਨਾਂ ਲੋਕਾਂ ਤੋਂ ਵੱਖਰਾ ਹੋਵੇ।
ਖੈਰ ਕਹਿੰਦੇ ਪਾਰਵਤੀ ਦੀ ਜਿੱਦ ਦੇ ਅੱਗੇ ਸ਼ਿਵ ਜੀ ਨੂੰ ਝੁਕਣਾ ਪੈ ਗਿਆ। ਉਹ ਕਹਿਣ ਲੱਗਾ ਚੱਲ ਠੀਕ ਆ ਜਿਵੇਂ ਤੇਰੀ ਮਰਜ਼ੀ। ਫਿਰ ਕਹਿੰਦੇ ਉਹਨੇ ਸਾਰੇ ਦੇਵਤੇ ਬੁਲਾਏ, ਦੇਵਤੇ ਬੁਲਾ ਕੇ ਤਾਂ ਇਹ ਗੱਲ ਆਖੀ ਕਿ ਮੈਂ ਉੱਥੇ ਜ਼ਿਆਦਾ ਪ੍ਰਸੰਨ ਹੋਊਂਗਾ ਜਿਹੜਾ ਵਾ ਪਾਰਵਤੀ ਨੂੰ ਬਹੁਤ ਹੀ ਸੁੰਦਰ ਜਿਹੜਾ ਮੁਲਖ ਬਣਾ ਕੇ ਦੇਵੇ। ਫਿਰ ਕਹਿੰਦੇ ਦੇਵਤਿਆਂ ਨੇ ਸਾਰੇ ਬ੍ਰਹਿਮੰਡਾਂ ਦਾ ਉਹ ਜਿਹੜਾ ਦੌਰਾ ਕੀਤਾ, ਦੌਰਾ ਕਰਕੇ ਉਹਨਾਂ ਨੂੰ ਇੱਕ ਸਮੁੰਦਰ ਜਿਹਨੂੰ ਹਿੰਦ ਮਹਾਂਸਾਗਰ ਅਤੇ ਪੁਰਾਤਨ ਸਮੇਂ ਦੇ ਵਿੱਚ ਖਾਰ ਸਮੁੰਦਰ ਕਹਿੰਦੇ ਸੀ, ਇਹ ਜਗ੍ਹਾ ਬੜੀ ਪਸੰਦ ਆਈ। ਉੱਥੇ ਫਿਰ ਦੇਵਤਿਆਂ ਨੇ ਮਿਲ ਕੇ ਜਿਨ੍ਹਾਂ ਦਾ ਮੁਖੀ ਅਸੀਂ ਵਿਸ਼ਕਰਮਾ ਜੀ ਨੂੰ ਕਹਿ ਦਿੰਦੇ ਹਾਂ, ਉਹਨੂੰ ਚੁਣਿਆ ਗਿਆ ਅਤੇ ਉਹਨੇ ਐਸਾ ਉਹਦੇ ਵਿੱਚ ਸ਼ਹਿਰ ਬਣਾਇਆ ਜਿਹੜਾ ਸੋਨੇ ਦਾ ਸੀਗਾ ਅਤੇ ਇਸ ਸ਼ਹਿਰ ਨੂੰ ਲੰਕਾ ਦਾ ਨਾਂ ਦਿੱਤਾ ਗਿਆ। ਲੰਕਾ ਦਾ ਮਤਲਬ ਹੈ ਕਿ ਜਿਹਦੇ ਵਰਗਾ ਕੋਈ ਤਿੰਨਾਂ ਲੋਕਾਂ ਦੇ ਵਿੱਚ ਨਾ ਹੋਵੇ। ਲੰਕੇਸ਼ ਸਭ ਤੋਂ ਸੁੰਦਰ, ਸਭ ਤੋਂ ਬਿਊਟੀਫੁੱਲ, ਸਭ ਤੋਂ ਵੱਡਾ। ਲੇਕਿਨ ਦੇਵਤਿਆਂ ਦੀ ਉਸ ਟਾਈਮ ਦੀ ਜਿਹੜੀ ਸੋਚਣੀ ਵਿਗਿਆਨਕ ਸੀਗੀ, ਜਿਹੜੇ ਢੰਗ ਤਰੀਕੇ ਇਹਦੇ ਵਿੱਚ ਬਣਾਏ ਉਹ ਇਸ ਢੰਗ ਦੇ ਆ ਜਿਹਨੂੰ ਭਾਈ ਗੁਰਦਾਸ ਹੋਣਾ ਨੇ ਆਪਣੀ ਵਾਰਾਂ ਦੇ ਵਿੱਚ ਵੀ ਅੰਕਿਤ ਕੀਤਾ। ਮਹਾਰਾਜ ਕਹਿੰਦੇ ਆ ਸੋਇਨ ਲੰਕਾ ਵੱਡਾ ਗੜ੍ਹ ਖਾਰ ਸਮੁੰਦਰ ਜਵੇਹੀ ਖਾਈ। ਕਹਿੰਦੇ ਸੋਨੇ ਦਾ ਜਿਹੜਾ ਲੰਕਾ ਸੀ ਉਹ ਬਣਾਈ ਸਾਰੇ ਦੇਵਤਿਆਂ ਨੇ ਰਲ ਕੇ, ਲੇਕਿਨ ਬਣਾਈ ਇਸ ਢੰਗ ਦੀ ਕਿ ਉਹਦੇ ਦੁਆਲੇ ਇੱਕ ਬਹੁਤ ਵੱਡੀ ਦੀਵਾਰ ਬਣਾਤੀ ਉਹਨੇ ਮਹਿਲਾਂ ਦੇ ਵਿੱਚ। ਲੇਕਿਨ ਇਹ ਬਣਾਈ ਕਿੱਥੇ? ਖਾਰ ਸਮੁੰਦਰ ਦੇ ਉੱਪਰ ਬਣਾਈ ਆ। ਭਾਵ ਕੀ ਆ ਕਿ ਬਿਨਾਂ ਪਿੱਲਰਾਂ ਤੋਂ ਖੜੀ ਕੀਤੀ ਇਹ ਸਾਰੀ ਸ਼ਹਿਰ ਦੀ ਬਣਤਰ। ਸਮੁੰਦਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਪਿੱਲਰ ਨਹੀਂ ਖੜਾ ਕੀਤਾ ਗਿਆ, ਨਾ ਧਰਤੀ ਦੇ ਬਣਾਈ ਗਈ, ਇਹ ਸਮੁੰਦਰ ਦੇ ਉੱਤੇ ਜਿਹੜੀ ਨਵੀਂ ਤਕਨੀਕ ਨਾਲ ਬਣਾਈ ਗਈ। ਅਤੇ ਲੇਕਿਨ ਇਹ ਐਡੀ ਵੱਡੀ ਸੀ ਕਿ ਜਿਹੜਾ ਖਾਰ ਸਮੁੰਦਰ ਸੀਗਾ ਇਹ ਉਹ ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਇਸ ਲੰਕਾ ਦੇ ਦੁਆਲੇ ਖਾਈ ਪੱਟੀ ਹੁੰਦੀ ਇੱਕ ਛੋਟੀ ਜਿਹੀ, ਇਸ ਤਰ੍ਹਾਂ ਇਹ ਨਜ਼ਰ ਆਉਂਦਾ ਸੀਗਾ। ਲੇਕਿਨ ਜਦੋਂ ਇਹ ਲੰਕਾ ਬਣੀ ਇਹਦੇ ਵਿੱਚ ਪਾਰਵਤੀ ਜਿਹੜੀ ਸੀ ਉਹ ਜਦ ਕਹਿੰਦੇ ਨਿਵਾਸ ਕਰਨ ਗਈ ਹਨ, ਪੁਰਾਤਨ ਪੁਰਾਣਾਂ ਦੀ ਕਥਾ ਦੇ ਅਨੁਸਾਰ ਦੱਸਿਆ ਕਿ ਉਸ ਟਾਈਮ ਫਿਰ ਜਿਹੜਾ ਰਾਵਣ ਸੀਗਾ ਇਹ ਛੋਟਾ ਸੀਗਾ, ਇਹਦੇ ਅੰਦਰ ਵੀ ਖਿੱਚ ਸੀ। ਖਿੱਚ ਤਾਂ ਹਰੇਕ ਦੇ ਅੰਦਰ ਹੁੰਦੀ ਆ ਕਿ ਇਹੋ ਜਿਹੀ ਸੋਨਾ ਦੇ ਲੰਕਾ ਦੀ ਮੈਂ ਅਧਿਕਾਰੀ ਬਣ ਜਾਵਾਂ, ਪਰ ਸਵਾਲ ਇਹ ਸੀਗਾ ਕਿ ਸੋਨੇ ਦੀ ਲੰਕਾ ਉਹਨੂੰ ਮਿਲ ਸਕਦੀ ਆ ਜਿਹੜਾ ਸ਼ਿਵ ਜੀ ਨੂੰ ਪ੍ਰਸੰਨ ਕਰੇ। ਉਹਦੇ ਵਿੱਚ ਦੱਸਿਆ ਕਿ ਫਿਰ ਰਾਵਣ ਨੇ ਬੜੀ ਭਾਰੀ ਤਪੱਸਿਆ ਕੀਤੀ ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ, ਪਰ ਕਹਿੰਦੇ ਜਦੋਂ ਉਹਦਾ ਇਮਤਿਹਾਨ ਹੋਇਆ ਤਾਂ ਸ਼ਿਵ ਜੀ ਨੇ ਆਪਣੇ 10 ਸਿਰ ਕੱਟ ਕੇ ਉਹਦੇ ਉਹਨੂੰ ਦਿੱਤੇ ਵਾਰ ਵਾਰ, ਅਤੇ 10 ਸਿਰਾਂ ਦਾ ਮੁੱਲ ਫਿਰ ਉਹਨੂੰ ਸੋਨੇ ਦੀ ਲੰਕਾ ਦੀ ਪ੍ਰਾਪਤੀ ਹੋਈ ਆ। ਇਸ ਸੋਨੇ ਦੀ ਲੰਕਾ ਦੀ ਪ੍ਰਾਪਤੀ ਜਦ ਰਾਵਣ ਨੂੰ ਹੋਈ ਆ ਤਾਂ ਫਿਰ ਰਾਵਣ ਜਿਹੜਾ ਸੀ ਉਹ ਸਰਬ ਸ੍ਰੇਸ਼ਟ ਰਾਜਾ ਜਿਹੜਾ ਸੀਗਾ ਉਹ ਆਪਣੇ ਆਪ ਦੇ ਵਿੱਚ ਕਹਿਲਾਉਣ ਦਾ ਉਹਨੂੰ ਮਾਣ ਪ੍ਰਾਪਤ ਹੋ ਗਿਆ। ਇਸ ਰਾਵਣ ਨੇ ਇਸ ਤੋਂ ਬਾਅਦ ਫਿਰ ਹੋਰ ਵੀ ਕਈ ਪ੍ਰਦਾਨ ਮੰਗੇ ਕਿ ਮੈਂ ਸਦਾ ਜਵਾਨ ਰਹਾਂ, ਸਦਾ ਧਨੀ ਰਹਾਂ, ਜਿਹਦੀ ਲੰਕਾ ਹੀ ਸੋਨੇ ਦੀ ਸੀ ਉਹ ਤਾਂ ਧਨੀ ਹੁੰਦਾ ਹੀ ਆ, ਮੇਰੀ ਕੁੱਲ ਵੀ ਉੱਚੀ ਸੀ, ਬ੍ਰਾਹਮਣ ਜਾਤ ਦਾ ਸੀਗਾ, ਅਤ ਸੁੰਦਰ ਕਲੀਨ ਚਤੁਰ ਮੁਖ ਗਿਆਨੀ ਧਨਵੰਤ। ਕਹਿੰਦੇ ਸੁੰਦਰ ਵੀ ਬੜਾ ਸੀਗਾ ਅਤੇ ਫਿਰ ਯੁਕਤਵਾਜ ਵੀ ਬੜਾ ਸੀਗਾ। ਇਹ ਬੜੇ ਭਾਰੇ ਰਾਵਣ ਦੇ ਵਿੱਚ ਗੁਣ ਪਾਏ ਜਾਂਦੇ ਸੀਗੇ। ਪਰ ਹੁਣ ਗੱਲ ਸੋਨੇ ਦੀ ਲੰਕਾ ਦੀ ਆ ਕਿ ਸੋਨੇ ਦੀ ਲੰਕਾ ਸਮੁੰਦਰ ਦੇ ਉੱਤੇ ਜਿਹੜੀ ਦੇਵਤਿਆਂ ਨੇ ਤਿਆਰ ਕੀਤੀ ਆ ਉਹਨਾਂ ਨੇ ਬਾਣੀ ਕਹਿੰਦੀ ਇਹ ਕੀਤੀ ਕਿ ਪੌਣ ਬੁਹਾਰੀ ਦੇ ਨਿੱਤ, ਕਹਿੰਦੇ ਜਿਹੜੀ ਪਵਨ ਸੀ ਹੈ ਨਾ ਇਹਨੂੰ ਇਸ ਢੰਗ ਦੇ ਨਾਲ ਉਹਨੇ ਇਸਤੇਮਾਲ ਕੀਤਾ ਕਿ ਪਵਨ ਜਿਹੜੀ ਸੀ ਉਹ ਆਪਣੇ ਆਪ ਹੀ ਪੂਰੀ ਲੰਕਾ ਦੀ ਸਫਾਈ ਕਰ ਦਿੰਦੀ ਸੀ। ਉਹਦੀ ਹਵਾ ਹਵਾ ਦੀ ਤਕਨੀਕ ਜਿਹੜੀ ਸੀ ਐਸੀ ਸੀ, ਕੋਈ ਉੱਥੇ ਝਾੜੂ ਬਰਦਾਰ ਨਹੀਂ ਸੀ ਲਾਏ ਕਿ ਲੰਕਾ ਦੀ ਸਫਾਈ ਵਾਸਤੇ। ਹਵਾ ਦਾ ਸਿਸਟਮ ਜਿਹੜਾ ਸੀ ਹੈ ਨਾ ਉਹ ਦੇਵ ਲੋਕ ਵਾਲਿਆਂ ਨੇ ਇਸ ਢੰਗ ਦੇ ਨਾਲ ਹਵਾ ਨੂੰ ਬੰਨ੍ਹ ਕੇ ਕੰਟਰੋਲ ਕਰਕੇ ਇਸ ਲੰਕਾ ਦੇ ਉੱਤੇ ਇਸ ਢੰਗ ਦੇ ਨਾਲ ਖੜਾ ਕੀਤਾ ਕਿ ਹਵਾ ਸਹਿਜ ਵਿੱਚ ਚੱਲਦੀ ਸੀ
ਮਾੜਾ ਮੋਟਾ ਵੀ ਅਗਰ ਕਚਰਾ ਪੈਂਦਾ ਸੀਗਾ ਤਾਂ ਹਵਾ ਉਹਨੂੰ ਚੁੱਕ ਕੇ ਦੂਸਰੇ ਪਾਸੇ ਆਪਣੇ ਆਪ ਹੀ ਲੈ ਜਾਂਦੀ ਸੀ ਉਡਾ ਕੇ ਦੂਰ ਤੱਕ। ਇਹ ਵੀ ਇੱਕ ਵੱਡੀ ਭਾਰੀ ਕਰਾਮਾਤ ਸੀਗੀ ਜਿਹਦਾ ਜਿਹੜਾ ਹਵਾਲਾ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀ ਬਾਣੀ ਵਿੱਚ ਦਿੱਤਾ ਹੈਗਾ। ਅਤੇ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਜਿਹੜੇ ਬੱਦਲ ਹੁੰਦੇ ਸੀ ਵਰਖਾ ਸੀਗੀ ਹੈ ਨਾ, ਵਰਖਾ ਦਾ ਜਿਹੜਾ ਪਾਣੀ ਆ ਉਹ ਲੰਕਾ ਦੇ ਨਿਵਾਸੀ ਉਸ ਟਾਈਮ ਦੇ ਜਿਹੜੇ ਸੀ ਉਹ ਵਰਤਦੇ ਹੁੰਦੇ ਸੀਗੇ। ਭਾਵ ਕੀ ਆ ਕਿ ਪੀਣ ਵਾਸਤੇ ਸਮੁੰਦਰ ਦਾ ਪਾਣੀ ਸਾਫ਼ ਨਹੀਂ ਸੀ ਕੀਤਾ ਜਾਂਦਾ, ਅਤੇ ਉਲਟਾ ਜਿਹੜੇ ਬੱਦਲ ਸੀ ਹੈ ਨਾ ਉਹ ਇਸ ਢੰਗ ਦੇ ਨਾਲ ਜਿਹੜੇ ਬੰਨ੍ਹ ਦਿੱਤੇ ਸੀ ਉਸ ਸਮਾਨ ਦੇ ਉੱਪਰ ਕਿ ਸਾਰਾ ਪਾਣੀ ਜਿਹੜਾ ਸੀਗਾ ਉਹ ਸਾਫ਼ ਹੋ ਕੇ ਉਹ ਇਹਨਾਂ ਦੇ ਜੋ ਮੇਨ ਗੋਦਾਮ ਸੀ ਉਹਨਾਂ 'ਚ ਜਾਂਦਾ ਸੀਗਾ। ਅਤੇ ਫਿਰ ਇੱਥੇ ਦੇ ਲੋਕ ਇਹ ਜਲ ਜਿਹੜਾ ਸੀ ਬੜਾ ਪਵਿੱਤਰ ਸੀ ਇਹਨੂੰ ਪੀਂਦੇ ਹੁੰਦੇ ਸੀ। ਕਿਉਂ ਇਸ ਗੱਲ ਦੀ ਪੁਸ਼ਟੀ ਭਾਈ ਗੁਰਦਾਸ ਹੁਣਾਂ ਨੇ ਕੀਤੀ ਆ, ਕਹਿੰਦੇ ਪਵਨ ਬਹੋਰੀ ਦੇ ਨਿਤ ਇੰਦਰ ਭਰੇ ਪਾਣੀ ਵਰ ਆਈ। ਕਹਿੰਦੇ ਇੰਦਰ ਵੀ ਉੱਥੇ ਪਾਣੀ ਭਰਦਾ ਸੀ, ਭਾਵ ਕਿ ਕੁਦਰਤੀ ਤਾਕਤਾਂ ਨੂੰ ਉਸ ਟਾਈਮ ਦੇ ਇੰਜੀਨੀਅਰ ਵਿਗਿਆਨੀ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ ਇਸ ਢੰਗ ਦੇ ਨਾਲ ਸੈੱਟ ਕੀਤਾ ਸੀ ਉਹਨੇ ਆਪਣਾ ਸਿਸਟਮ। ਅਤੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਬਸੰਤ ਰਸੋਈਆ, ਕਹਿੰਦੇ ਅਗਨੀ ਜਿਹੜੀ ਸੀ ਹੈ ਨਾ ਇਹ ਹੀਟ ਨੂੰ ਵੀ ਇਸ ਢੰਗ ਦੇ ਨਾਲ ਉਹਨੇ ਕੈਚ ਕੀਤਾ ਸੀਗਾ ਕਿ ਇਹ ਜਿਹੜੀਆਂ ਭੱਠੀਆਂ ਸੀਗੀਆਂ ਹੈ ਨਾ ਰਸੋਈ ਦੀਆਂ ਇਹ ਮਗਦੀਆਂ ਰਹਿੰਦੀਆਂ ਸੀਗੀਆਂ ਅਤੇ ਇਹ ਰਸੋਈ ਦਾ ਕੰਮ ਚੱਲਦਾ ਰਹਿੰਦਾ ਸੀਗਾ। ਜਿਵੇਂ ਅੱਜ ਕੱਲ੍ਹ ਅਸੀਂ ਗੈਸ ਸਿਲੰਡਰ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ, ਲੇਕਿਨ ਗੈਸ ਸਿਲੰਡਰ ਮੁੱਕ ਜਾਵੇ ਤਾਂ ਰਸੋਈ ਦਾ ਕੰਮ ਬੰਦ ਹੋ ਜਾਂਦਾ। ਪਰ ਉਹਨਾਂ ਨੇ ਅਗਨ ਰੂਪੀ ਜਿਹੜੀ ਸੀ ਗੈਸ ਸਿਲੰਡਰ ਸਮਝ ਲਓ ਵੀ ਇਸ ਢੰਗ ਦੇ ਨਾਲ ਬਣਾਏ ਸੀਗੇ ਜਿਹੜੇ 24 ਘੰਟੇ 8 ਪੈਰ ਹੀ ਚੱਲਦੇ ਸੀਗੇ ਅਤੇ ਸੂਰਜ ਚੰਦ ਚਿਰਾਗ ਦੇ ਪਾਈ ਅਤੇ ਸੂਰਜ ਅਤੇ ਚੰਦਰਮਾ ਦੀ ਰੋਸ਼ਨੀ ਨੂੰ ਇਸ ਤਕਨੀਕ ਦੇ ਨਾਲ ਬੰਨਿਆ ਸੀਗਾ। ਉਹ ਤੋਂ ਇਸ ਢੰਗ ਦੇ ਨਾਲ ਕੰਮ ਲਿਆ ਜਾਂਦਾ ਸੀਗਾ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਇਹ ਸਾਰਾ ਸਿਸਟਮ ਚੱਲਦਾ ਸੀ। ਰਾਤ ਨੂੰ ਚੰਦਰਮਾ ਦੀ ਰੋਸ਼ਨੀ ਦੇ ਨਾਲ ਸਾਰੀ ਪੂਰੀ ਜਿਹੜੀ ਸੀ ਉਹ ਲੰਕਾ ਉਹ ਜਗਮਗਾਉਂਦੀ ਸੀ, ਭਾਵ ਦਿਨ ਨੂੰ ਸੂਰਜ ਜਿਹੜਾ ਸੀ ਉਹਦਾ ਜਾਲਾ ਰਹਿੰਦਾ ਸੀਗਾ, ਉਹਦੇ ਜੋ ਸਿਸਟਮ ਸੀਗੇ ਜੋ ਸੂਰਜ ਦੀ ਰੋਸ਼ਨੀ ਸੀਗੀ ਉਸ ਸੂਰਜ ਦੀ ਰੋਸ਼ਨੀ ਨੂੰ ਕਿਸੇ ਇਸ ਢੰਗ ਦੇ ਤਰਤੀਬ ਦੇ ਨਾਲ ਬੰਨ ਕੇ ਇਹ ਲੰਕਾ ਦੇ ਵਿੱਚ ਸਾਰਾ ਰੋਸ਼ਨੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ, ਭਾਵ ਗਰਮ ਰੋਸ਼ਨੀ ਦਿਨ ਨੂੰ ਅਤੇ ਸੀਤਲ ਰੋਸ਼ਨੀ ਰਾਤ ਨੂੰ ਚੱਲਦੀ ਸੀ। ਇਸੇ ਕਰਕੇ ਮਰਨ ਲਈ ਕਿਹਾ ਹੈ ਨਾ ਕਿ ਬਸੰਤ ਰਸੋਈਆ ਸੂਰਜ ਚੰਦ ਚਿਰਾਗ ਦਪਾਈ। ਕਹਿੰਦੇ ਇਹ ਸਾਰਾ ਸਿਸਟਮ ਜਿਹੜਾ ਸੀ ਇਹ ਲੰਕਾ ਦੇ ਵਿੱਚ ਚੱਲਦਾ ਸੀਗਾ। ਹੁਣ ਆਪਾਂ ਦੇਖਦੇ ਹਾਂ ਕਿ ਲੰਕਾ ਦਾ ਜਿਹੜਾ ਮੁੱਖ ਰਾਜਾ ਉਹ ਹੈ ਰਾਵਣ, ਅਤੇ ਰਾਵਣ ਨੇ ਸਦਾ ਬਹਾਰ ਜਵਾਨੀ ਦਾ ਖਿਤਾਬ ਲਿਆ ਸੀਗਾ। ਭਾਵ ਕੀ ਹੈ ਕਿ ਵਰ ਮੰਗਿਆ ਸੀਗਾ, ਜਾਂ ਕਹਿ ਲਓ ਕਿ ਉਸ ਟਾਈਮ ਦੀ ਤਕਨੀਕ ਦੇ ਨਾਲ ਉਹਦੇ ਕੋਲ ਖਾਣ ਪੀਣ ਦੇ ਇਸ ਤਰ੍ਹਾਂ ਦੇ ਭੰਡਾਰ ਸੀਗੇ ਕਿ ਉਹ ਕਦੀ ਬੁੱਢਾ ਨਹੀਂ ਸੀ ਹੁੰਦਾ। ਜੇ ਇੱਕ ਥੋੜ੍ਹਾ ਜਿਹਾ ਆਪਾਂ ਦੂਸਰਾ ਪੁਆਇੰਟ ਵੀ ਲੈ ਲਈਏ, ਸੋ ਇਸ ਕਰਕੇ ਰਾਵਣ ਦੇ 1 ਲੱਖ ਲੜਕਾ ਜਿਹੜਾ ਸੀ ਉਹ ਸੰਤਾਨ ਦੇ ਰੂਪ 'ਚ ਪੈਦਾ ਹੋਇਆ। ਹੁਣ ਦੇਖੋ ਅਸੀਂ ਤਾਂ ਕਹਿੰਦੇ ਹਾਂ ਕਿ 2 ਹੀ ਬੱਚੇ, ਹਾਂਜੀ, ਪਰ ਉੱਥੇ 1 ਲੱਖ ਪੁੱਤ। ਭਾਈ ਗੁਰਦਾਸ ਜੀ ਕਹਿੰਦੇ ਤਾਂ 1.25 ਲੱਖ ਜਿਹੜਾ ਸੀ ਉਹ ਪੋਤਾ ਹੋਇਆ ਸੀ, ਲੱਖ ਪੁੱਤ ਪੋਤੇ 1.25 ਲੱਖ। ਕਹਿੰਦੇ 1 ਲੱਖ ਪੁੱਤਰ ਅਤੇ 1.25 ਲੱਖ ਪੋਤੇ ਰਾਵਣ ਦੇ ਸੀ, ਭਾਵ ਕਿ ਐਡਾ ਵਿਸ਼ਾਲ ਪਰਿਵਾਰ। ਅਤੇ ਜਿਹਦੇ ਵਿੱਚ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਕੁੰਭਕਰਨ ਮਹਿਰਾਵਨ ਭਾਈ, ਕਹਿੰਦੇ ਕੁੰਭਕਰਨ ਵਰਗੇ ਕਹਿੰਦੇ ਵੱਡੇ ਵੱਡੇ ਕਹਿੰਦੇ ਯੋਧੇ ਜਿਹੜੇ ਸੀ ਉਹਦੇ ਕੋਲ ਰਹਿੰਦੇ ਸੀ। ਹੁਣ ਕੁੰਭਕਰਨ ਦੀ ਵੀ ਇੱਕ ਵੱਖਰੀ ਜਿਹੜੀ ਉਹ ਜੀਵਨੀ ਆ ਕਿ ਉਹ 6 ਮਹੀਨੇ ਸੌਂਦਾ 6 ਮਹੀਨੇ ਜਾਗਦਾ, ਭਾਵ ਕੀ ਆ ਕਿ ਐਡੇ ਐਡੇ ਜੋ ਕਲਾ ਵਾਲੇ ਯੋਧੇ ਹੁੰਦੇ ਸੀ ਇਹ ਰਾਵਣ ਦੇ ਕੋਲ ਰਹਿੰਦੇ ਹੁੰਦੇ ਸੀ। ਤਾਂ ਅੱਗੇ ਮਹਾਰਾਜ ਕਹਿੰਦੇ ਬਹੁਤ ਬਹੁ ਖੂਨ ਚਤਰੰਗ ਦਲ, ਕਹਿੰਦੇ ਉਹਦੇ ਕੋਲ ਚਤਰੰਗੀ ਸੈਨਾ ਸੀਗੀ, ਅਤੇ ਲੇਕਿਨ ਕਿੰਨੀ ਸੀ? ਕਹਿੰਦੇ ਬਹੁ ਖੂਨ, ਕਹਿੰਦੇ ਕਈ ਖੂਨੀਆਂ ਜਿਹੜੀਆਂ ਸੀ ਆ ਉਹ ਭਰ ਜਾਂਦੀਆਂ ਸੀ, ਜਿੱਥੋਂ ਦੀ ਲੰਘਦੀ ਸੀ ਧੂੜ ਦੇ ਨਾਲ ਭਰ ਜਾਂਦੀਆਂ ਸੀ ਆ। ਦਲ ਦੇਸ਼ ਬਹੁ ਖੂਨ ਚਤਰੰਗ ਦਲ
ਦੇਸ਼ ਨਾ ਵੇਸ਼ ਨਾ ਕੀਮਤ ਪਾਈ। ਕਹਿੰਦੇ ਦੇਸ਼ ਵਿਦੇਸ਼ ਦੇ ਵਿੱਚ ਇਹ ਜਿਹੜਾ ਜੋ ਪੁਸ਼ਾਕ ਹੁੰਦੀ ਸੀ ਸੈਨਾ ਦੀ ਉਹਦੀ ਕੀਮਤ ਨਹੀਂ ਸੀ ਪਾ ਸਕਦਾ, ਇੰਨੀਆਂ ਮਹਿੰਗੀਆਂ ਪੁਸ਼ਾਕਾਂ ਜਿਹੜੀਆਂ ਸੀ ਉਹ ਸੈਨਾ ਦੀਆਂ ਦੇ ਉੱਤੇ ਰਾਵਣ ਖਰਚਾ ਕਰਦਾ ਹੁੰਦਾ ਸੀ। ਇਹ ਆ ਉਸ ਟਾਈਮ ਦੀ ਜੋ ਵਿਗਿਆਨਿਕ ਤਰੱਕੀ ਆ ਸਾਡੇ ਨਾਲੋਂ ਕਿੰਨੇ ਗੁਣਾ ਜਿਹੜੀ ਸੀ ਉਹ ਜ਼ਿਆਦਾ ਐਡਵਾਂਸ ਹੋਈ ਆ। ਭਾਵ ਕੀ ਆ ਕਿ ਇੱਕ ਤਾਂ ਲੰਕਾ ਸੋਨੇ ਦੀ, ਦੂਸਰਾ ਉਹਦੇ ਅੰਦਰ ਸਿਸਟਮ ਇਸ ਤਰ੍ਹਾਂ ਦੇ ਸੀਗੇ ਕਿ ਹਰੇਕ ਬੰਦਾ ਜਿਹੜਾ ਸੀ ਉਹ ਚਕਰਤ ਰਹਿ ਜਾਂਦਾ ਸੀਗਾ। ਅੱਜ ਭਾਵਾਂ ਵੱਡੇ ਵੱਡੇ ਮੁਲਕਾਂ ਦੇ ਵਿੱਚ ਬੜੇ ਸੋਹਣੇ ਸੋਹਣੇ ਸ਼ਹਿਰ ਬਣੇ ਹੋ ਆ, ਪਰ ਲੰਕਾ ਦੇ ਮੁਕਾਬਲੇ ਅਤੇ ਇਹ ਇੱਕ ਕਿਣਕਾ ਮਾਤਰ ਵੀ ਨਹੀਂ ਸੀਗੇ ਜਿਹੜੀ ਉਸ ਟਾਈਮ ਦੀ ਲੰਕਾ ਸੀਗੀ। ਅਤੇ ਪਰ ਕਹਿੰਦੇ ਸਭ ਤੋਂ ਜੋ ਵੱਡਾ ਕਹਿ ਲਓ ਕਿ ਦੇਵਤਾ ਜਿਹਨੂੰ ਸ਼ਿਵਜੀ ਕਹਿੰਦੇ ਆ ਉਹਦੀ ਸੇਵਾ ਜਿਹੜਾ ਸੀ ਉਹ ਰਾਵਣ ਕਰਦਾ ਹੁੰਦਾ ਸੀਗਾ। ਅਤੇ ਇਸ ਕਰਕੇ ਜਿੰਨੇ ਵੀ ਦੇਵੀ ਦੇਵਤੇ ਹੁੰਦੇ ਸੀ ਉਹ ਰਾਵਣ ਦੀ ਸ਼ਰਨ ਵਿੱਚ ਰਹਿੰਦੇ ਸੀ। ਭਾਵ ਕਿ ਕੋਈ ਵੀ ਕੰਮ ਰਾਵਣ ਦੀ ਸਲਾਹ ਤੋਂ ਬਗੈਰ ਇਹਨਾਂ ਤਿੰਨਾਂ ਲੋਕਾਂ ਵਿੱਚ ਨਹੀਂ ਸੀ ਕੀਤਾ ਜਾਂਦਾ। ਜਿਵੇਂ ਅੱਜ ਦਾ ਮੁਲਕ ਅਮੈਰੀਕਾ ਹੈ, ਕੋਈ ਵੀ ਮੁਲਕ ਨੇ ਕੋਈ ਇੰਟਰਨੈਸ਼ਨਲ ਫੈਸਲਾ ਲੈਣਾ ਤਾਂ ਉਹਦੇ ਵਾਸਤੇ ਅਮੈਰੀਕਾ ਦੀ ਸਲਾਹ ਲੈਣੀ ਹਰੇਕ ਮੁਲਕ ਜ਼ਰੂਰੀ ਸਮਝਦਾ ਹੈ। ਪਰ ਇਸੇ ਤਰ੍ਹਾਂ ਹੀ ਜਿਹੜੇ ਦੇਵ ਲੋਕ ਸੀਗੇ ਉਹ ਕੋਈ ਵੀ ਕੰਮ ਕਰਦੇ ਸੀ ਤਾਂ ਰਾਵਣ ਦੀ ਸਲਾਹ ਦੇ ਨਾਲ ਕਰਦੇ ਸੀਗੇ। ਭਾਵ ਕੀ ਆ ਉਹਦੇ ਜੋ ਲੰਕਾ ਦਾ ਜੋ ਵੇਟਿੰਗ ਰੂਮ ਸੀ ਉਹਦੇ ਵਿੱਚ ਬੈਠੇ ਹੁੰਦੇ ਸੀ, ਤਾਂ ਫਿਰ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਵਾਰੀ ਹੁੰਦੀ ਸੀ, ਫਿਰ ਉਹ ਰਾਵਣ ਦੇ ਨਾਲ ਸਲਾਹ ਮਸ਼ਵਰਾ ਕਰਦੇ ਹੁੰਦੇ ਸੀ। ਤਾਂ ਰਾਵਣ ਨੂੰ ਅਸੀਂ ਦਸਕ ਕਹਿੰਦੇ ਹਾਂ ਕਿ ਉਹ ਦਸਾਂ ਸਿਰਾਂ ਵਾਲਾ ਉਹਦਾ ਦਿਮਾਗ ਸੀ, ਇਸੇ ਕਰਕੇ ਹੀ ਚਾਰ ਵੇਦ ਉਹਨੂੰ ਜਵਾਨੀ ਕੰਠ ਸੀਗੇ। ਮਹਾਂ ਵਿਦਵਾਨ ਪੰਡਿਤ ਸੀਗਾ, ਯੋਗਤੀ ਵਾਲਾ ਵਿੱਚ ਬੜਾ ਅੱਗੇ ਤੇਜ਼ ਸੀਗਾ, ਇਹਦੇ ਭਾਵ ਉਹ ਯੋਧਾ ਵੀ ਸੀਗਾ, ਉਹਦੇ ਵਿੱਚ ਬੜੇ ਗੁਣ ਸੀਗੇ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀ ਉਹਦੀ ਬਣਾਵਟ ਜਿਹੜੀ ਸੀ ਉਹ ਵੀ ਇੱਕ ਵੱਖਰੀ ਸੀਗੀ, ਦਿਲ ਖਿੱਚਵੀਂ ਬਣਾਵਟ ਸੀ। ਪਰ ਕਹਿੰਦੇ ਗੱਲ ਕੀ ਆ ਕਿ ਇਹ ਜਿਹੜੀ ਲੰਕਾ ਸੋਨੇ ਦੀ ਉਹਨਾਂ ਦੇਵਤਿਆਂ ਨੇ ਬੜੀ ਮਿਹਨਤ ਦੇ ਨਾਲ ਤਿਆਰ ਕੀਤੀ ਸੀਗੀ, ਇੰਨੀ ਸੁੰਦਰ ਲੰਕਾ ਬਣਾਈ ਸੀਗੀ ਕਿ ਜਿਹਨੂੰ ਦੇਵਤੇ ਜਿਹੜੇ ਸੀਗੇ ਉਹ ਵੀ ਦੇਖਣ ਨੂੰ ਤਰਸਦੇ ਹੁੰਦੇ ਸੀਗੇ। ਪਰ ਉਹ ਵੀ ਸਾਰੀ ਲੰਕਾ ਜਿਹੜੀ ਸੀ ਉਹ ਰਾਵਣ ਦੀ ਇੱਕ ਛੋਟੀ ਜਿਹੀ ਭੁੱਲ ਦੇ ਨਾਲ ਸਰਵਨਾਸ਼ ਹੋ ਗਈ ਸੀ। ਭਾਵ ਕੀ ਆ ਕਿ ਇੱਕ ਐਸੀ ਐਟਮੀ ਧਮਾਕਾ ਹੋਇਆ ਕਿ ਉਸ ਲੰਕਾ ਦੇ ਵਿੱਚ ਕਿ ਸਾਰੀ ਜਿਹੜੀ ਲੰਕਾ ਸੀ ਉਹ ਸਮੁੰਦਰ ਦੇ ਵਿੱਚ ਗਰਕ ਹੋ ਗਈ। ਭਾਵ ਕੀ ਆ ਕਿ ਗੁਰਬਾਣੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਹੋ ਜਿਹੀਆਂ ਜਿਹੜੀਆਂ ਲੰਕਾ ਜਿਹਨੂੰ ਅਸੀਂ ਇੱਕ ਜਾਣਦੇ ਹਾਂ ਇਹੋ ਜਿਹੀਆਂ ਲੱਖਾਂ ਲੰਕਾ ਪਹਿਲਾਂ ਸਮੁੰਦਰ ਵਿੱਚ ਗਰਕ ਹੋ ਚੁੱਕੀਆਂ। ਭਾਵ ਕੀ ਆ ਪਹਿਲਾਂ ਵਿਗਿਆਨਿਕ ਤਰੱਕੀਆਂ ਇੰਨੀਆਂ ਹੋ ਚੁੱਕੀਆਂ, ਇਸੇ ਕਰਕੇ ਸੁਖਨੀ ਸਾਹਿਬ ਦੀ ਬਾਣੀ ਅੰਦਰ ਗੁਰੂ ਸਾਹਿਬ ਨੇ ਫਰਮਾਇਆ ਕਿ ਕਈ ਵਾਰ ਪਸਰਿਓ ਪਸਾਰ, ਕਈ ਵਾਰ ਇਹ ਜੋ ਰਚਨਾ ਹੈ ਨਾ ਇਹ ਕਈ ਵਾਰ ਪਸਰੀ ਗਈ, ਸਦਾ ਸਦਾ ਇੱਕ ਅੰਕਾਰ। ਭਾਵ ਕੀ ਆ ਵਾਹਿਗੁਰੂ ਸਦਾ ਇੱਕੋ ਹੀ ਰਿਹਾ ਹੈ, ਲੇਕਿਨ ਰਚਨਾ ਜਿਹੜੀ ਆ ਕਈ ਵਾਰੀ ਬਣਾਈ, ਕਈ ਵਾਰੀ ਬੜੀਆਂ ਐਸੀਆਂ ਉੱਚੀਆਂ ਤਰੱਕੀਆਂ ਹੋਈਆਂ ਕਿ ਸਾਰੇ ਦੇਖ ਕੇ ਇਹਨਾਂ ਤਰੱਕੀਆਂ ਨੂੰ ਦੰਗ ਰਹਿ ਜਾਂਦੇ ਆ। ਲੇਕਿਨ ਇਹ ਤਰੱਕੀਆਂ ਜਿਹੜੀਆਂ ਉਸ ਟਾਈਮ ਦੇ ਦੇਵ ਲੋਕਾਂ ਨੇ ਸਭ ਤੋਂ ਵੱਧ ਕੀਤੀਆਂ। ਅਖੀਰ ਬਾਬੇ ਨੇ ਕਹਿਤਾ ਕਿ ਓੜਕ ਓੜਕ ਭਾਲ ਥੱਕੇ, ਕਹਿੰਦੇ ਅਖੀਰ ਦੇਵਤਿਆਂ ਨੇ ਵੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਸੀ ਕਿ ਭਾਈ ਉਸ ਕੁਦਰਤ ਦੇ ਵਿੱਚ ਜੋ ਕਾਦਰ ਵਸਦਾ ਵਾਹਿਗੁਰੂ ਅਸੀਂ ਉਹਦਾ ਅੰਤ ਨਹੀਂ ਜਾਣ ਸਕਦੇ, ਭਾਵ ਕਿ ਉਹਦਾ ਭੇਦ ਨਹੀਂ ਜਾਣ ਸਕਦੇ, ਅਸੀਂ ਉਹਦੀ ਦਿੱਤੀ ਤਾਕਤ ਅਤੇ ਸਮਰੱਥਾ ਦੇ ਅਨੁਸਾਰ ਜੋ ਕੁਛ ਬੁੱਧੀ ਦੇ ਵਿੱਚੋਂ ਕਰਦੇ ਹਾਂ ਉਹਨੂੰ ਦੇਖ ਅਸੀਂ ਖੁਦ ਹੈਰਾਨ ਹੋ ਜਾਂਦੇ ਹਾਂ। ਉਹਨਾਂ ਨੇ ਵੀ ਵਾਹਿਗੁਰੂ ਦੇ ਕਾਨੂੰਨ ਲੱਭੇ, ਉਹਨਾਂ ਕਾਨੂੰਨਾਂ ਦੇ ਉੱਤੇ ਇੱਕ ਐਸਾ ਨਗਰ ਜਿਹਨੂੰ ਸੋਨੇ ਦੀ ਲੰਕਾ ਕਹਿੰਦੇ ਆ ਇਹ ਤਿਆਰ ਕੀਤੀ ਆ। ਪਰ ਇੰਨੀ ਮਿਹਨਤ ਤੋਂ ਬਾਅਦ ਵੀ ਇਹ ਲੰਕਾ ਦਾ ਇੱਕ ਕੌਡੀ ਮੁੱਲ ਨਹੀਂ ਪਿਆ, ਕਿਉਂਕਿ ਇੱਕ ਦੀ ਗਲਤੀ ਦੇ ਕਾਰਨ ਇਹ ਸਾਰੀ ਲੰਕਾ ਜਿਹੜੀ ਸੀ ਇਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਹੈਗਾ ਕਿ ਅਪ ਜਸ ਲੈ ਦੁਰਮਤ ਬਰਿਆਈ, ਅਪ ਜਸ ਲੈ ਦੁਰਮਤ ਬਰਿਆਈ। ਕਹਿੰਦੇ ਫਿਰ ਇਹੋ ਜਿਹੜਾ ਇਹਨਾਂ ਦਾ ਮੇਨ ਸ਼ਾਸਕ ਜਿਹੜਾ ਰਾਵਣ ਸੀਗਾ ਉਹ ਦੁਨੀਆ ਤੋਂ ਮਾਣ ਤਾਂ ਕਹਿੰਦੇ ਕੀ ਖੰਡਣਾ ਸੀਗਾ, ਉਲਟਾ ਅਪ ਜਸ ਲੈ ਕੇ ਗਿਆ। ਭਾਵ ਕੀ ਆ ਅੱਜ ਵੀ ਦੁਸਹਿਰੇ ਵਾਲੇ ਦਿਨ ਲੋਕ ਰਾਵਣ ਦੇ ਪੁਤਲੇ ਸਾੜਦੇ ਆ, ਕਿਉਂ?
ਉਹ ਇੰਨੀ ਜਿਹੜੀ ਲੱਖਾਂ ਸਾਲਾਂ ਦੀ ਮਿਹਨਤ ਸੀ ਉਹ ਇੱਕ ਛਿਣ ਦੇ ਵਿੱਚ ਹੀ ਰਾਸ ਹੋ ਗਈ ਆ। ਸੋ ਇਹ ਜਿਹੜੀ ਸੋਨੇ ਦੀ ਲੰਕ ਆ ਜਿਹਦੀ ਇੱਕ ਝਲਕ, ਛੋਟੀ ਜਿਹੀ ਝਲਕ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵਰਣਨ ਕੀਤੀ ਆ, ਇਹ ਅੱਜ ਦੀ ਸਾਇੰਸ ਜਿਹਨੂੰ ਅਸੀਂ ਬਹੁਤ ਉੱਚਾ ਮੰਨਦੇ ਹਾਂ ਇਹਦੇ ਮੁਕਾਬਲੇ ਵਿੱਚ ਬੜੀ ਤੁੱਛ ਜਿਹੜੀ ਉਹ ਗਿਣੀ ਜਾਂਦੀ ਸੀ। ਲੇਕਿਨ ਉਹਨਾਂ ਟਾਈਮਾਂ 'ਚ ਸਾਦਗੀ ਸੀ, ਆਨੰਦ ਸੀਗਾ ਲੋਕਾਂ ਦੇ ਜੀਵਨ ਦੇ ਅੰਦਰ, ਖੇੜਾ ਸੀਗਾ, ਪਿਆਰ ਸੀ, ਮਿੱਤਰਤਾ ਸੀ। ਪਰ ਅੱਜ ਦੀ ਸਾਇੰਸ ਦੀ ਤਰੱਕੀ ਨੇ ਜਿੱਥੇ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੱਤਾ, ਉੱਥੇ ਰੱਬ ਨੂੰ ਵੀ ਦੂਰ ਕਰ ਦਿੱਤਾ, ਉਸ ਪਿਆਰ ਨੂੰ ਵੀ ਦੂਰ ਕਰ ਦਿੱਤਾ। ਸਾਨੂੰ ਇਹ ਜਿਹੜੀ ਹੈ ਸਮਝਣ ਦੀ ਲੋੜ ਹੈ ਕਿ ਕੀ ਅਸੀਂ ਜੋ ਵਾਹਿਗੁਰੂ ਨੇ ਸਾਨੂੰ ਬੁੱਧੀ ਬਖਸ਼ੀ ਆ ਉਹਦਾ ਕਿਤੇ ਦੁਰਉਪਯੋਗ ਤਾਂ ਨਹੀਂ ਕਰ ਰਹੇ। ਅਗਰ ਦੁਰਉਪਯੋਗ ਹੋ ਰਿਹਾ ਹੈ ਤਾਂ ਫਿਰ ਇਹੋ ਜਿਹੀ ਤਰੱਕੀ ਦੇ ਨਾਲੋਂ ਫਿਰ ਕਹਿੰਦੇ ਕਿ ਇੱਕ ਪਾਸੇ ਹੋ ਜਾਣਾ ਚੰਗਾ ਹੈ। ਸੋ ਜ਼ਰੂਰਤ ਹੈ ਕਿ ਜੋ ਬੁੱਧੀ ਵਾਹਿਗੁਰੂ ਸਾਨੂੰ ਬਖਸ਼ਦਾ ਹੈ ਉਹਦੀ ਯੋਗ ਵਰਤੋਂ ਹੋ ਸਕੇ, ਤਾਂ ਅਸੀਂ ਆਪਣੇ ਅੰਦਰ ਘਰ ਦੇ ਵਿੱਚ ਹੀ ਇਹ ਸੋਨੇ ਦੀ ਲੰਕਾ ਤਾਂ ਕੀ ਆ ਇੱਕ ਐਸਾ ਸੁੰਦਰ ਮਹਿਲ ਉਸਾਰ ਦੇਈਏ ਸ਼ੁਭ ਗੁਣਾਂ ਦਾ, ਜਿਹਨੂੰ ਦੇਖ ਕੇ ਇਹ 33 ਕਰੋੜ ਦੇਵੀ ਦੇਵਤਾ ਵੀ ਨਮਸਕਾਰਾਂ ਕਰੇ। ਸੋ ਇੰਨੇ ਬਚਨਾਂ ਦੇ ਨਾਲ ਦਾਸ ਖੇਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।